ਸਰ ਇਹ ਆ ਨਾ ਅਸੀਂ ਕੁਵੈਤ ਤੋਂ ਬਣਾ ਰਹੇ ਹਾਂ ਵੀਡੀਓ ਆਪਣੇ ਨਾ ਸਰ ਨਾ ਤਾਂ ਬਹੁਤ ਧੱਕਾ ਹੋ ਰਿਹਾ ਜੀ ਇੱਥੇ ਠੇਕੇਦਾਰ ਕੋਲ ਅਸੀਂ ਫਸ ਗਏ ਆ ਕੇ ਠੀਕ ਆ ਜੀ ਅਸੀਂ 5 ਬੰਦੇ ਹਾਂ ਜੀ ਅਤੇ 3 ਮਹੀਨੇ ਹੋ ਗਏ ਨਾ ਸਾਨੂੰ ਕੋਈ ਰੋਟੀ ਨਾ ਕੋਈ ਪੈਸਾ ਦਿੰਦਾ ਉੱਪਰੋਂ ਧਮਕੀਆਂ ਦਿੰਦੇ ਆ ਜੀ ਅਤੇ ਮੈਂ ਐਮਬੈਸੀ ਵੀ ਗਿਆ ਉੱਥੇ ਕੰਪਲੇਂਟ ਕੀਤੀ ਇੱਕ ਸੋਨ ਆਫਿਸ ਇਹ ਭਾਅ ਜੀ ਸਾਡੇ ਕੋਲ ਫਾਰਮ ਨੇ ਸੋਨ ਆਫਿਸ ਦੇ ਸਾਡੀ ਉੱਥੇ ਵੀ ਸੁਣਵਾਈ ਨਹੀਂ ਹੋਈ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਕਹਿੰਦੇ ਜੋ ਕੁਝ ਕਰਨਾ ਕਰ ਲਓ ਤੁਸੀਂ ਕੇਸ ਕਰਨਾ ਕੇਸ ਕਰ ਲਓ ਤੁਹਾਡੀ ਕਿਤੇ ਸੁਣਵਾਈ ਨਹੀਂ ਹੋਣੀ ਇਹ ਇੰਡੀਆ ਨਹੀਂ ਆ ਇੰਡੀਆ ਦੇ ਵਿੱਚ ਵੀ ਕਹਿੰਦੇ ਤੁਸੀਂ ਪੰਜਾਬ ਦੇ ਵਿੱਚ ਸਾਡੇ 'ਤੇ ਕੋਈ ਐਕਸ਼ਨ ਲੈ ਸਕਦੇ ਇਹ ਸਾਡਾ ਜਿਹੜਾ ਏਜੰਟ ਹੈ ਇਹ JNK ਦਾ ਹੈਗਾ ਵਾ ਆਪਣੇ ਮਾਝਾ ਕੋਟ ਰਜੌਰੀ ਦਾ ਜੰਮੂ ਕਸ਼ਮੀਰ ਰਜੌਰੀ ਦਾ ਮਾਝਾ ਕੋਟ ਦਾ ਰਹਿਣ ਵਾਲਾ ਹੈ ਜੀ ਹਾਂਜੀ ਮੇਰਾ ਫੋਟੋ ਵੀ ਤੁਹਾਨੂੰ ਸੈਂਡ ਕਰ ਦਾਂਗਾ ਜਨਾਬ ਅਤੇ ਤੁਸੀਂ ਸਾਡੇ ਤੋਂ ਕੋਈ ਰਹਿਣ ਤਾਂ ਕਰੋ ਅਤੇ ਸਾਨੂੰ ਇੰਡੀਆ ਵਾਪਸ ਬੁਲਾਓ ਮੇਰਾ ਨਾਮ ਹੈ ਸੁਖਵਿੰਦਰ ਕੁਮਾਰ ਪਿੰਡ ਮੇਰਾ ਮਾਨ ਨੰਗਲ ਸਨ ਆਫ ਸ੍ਰੀ ਧਰਮਪਾਲ ਠੀਕ ਹੈ ਜੀ ਡਿਸਟ੍ਰਿਕਟ ਪਠਾਨਕੋਟ ਮੇਰਾ ਨਾਮ ਬਲਵਿੰਦਰ ਕੁਮਾਰ ਹੈ ਮੇਰਾ ਪਿੰਡ ਮਾਨ ਨੰਗਲ ਹੈ ਡਿਸਟ੍ਰਿਕਟ ਪਠਾਨਕੋਟ ਹੈ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਸੀ ਸਾਡੇ ਕੋਲ 250 ਦਿਨਾਰ ਕੱਟੇ ਗਏ ਆ ਇੱਥੇ ਵੀਜ਼ੇ ਦੇ ਠੀਕ ਹੈ ਜਦੋਂ ਸੈਲਰੀ ਲੈਣ ਦਾ ਟਾਈਮ ਆਇਆ ਉਦੋਂ ਇਹਨਾਂ ਨੇ ਬਿੱਲ ਬਿਠਾਤਾ ਸਾਨੂੰ ਸੈਲਰੀ ਕੋਈ ਨਹੀਂ ਮਿਲੀ ਹੈਗੀ ਅੱਜ ਤੱਕ 1 ਰੁਪਈਆ ਨਹੀਂ ਦਿੱਤਾ ਹੈਗਾ ਇਹਨਾਂ ਨੇ ਠੀਕ ਹੈ 3 ਮਹੀਨੇ ਬਿੱਲੇ ਬਿਠਾਤਾ ਕਹਿੰਦਾ ਬਿੱਲੇ ਬਹਿਣ ਦਾ ਮੈਂ ਪੈਸਾ ਨਹੀਂ ਦੇਣਾ ਜਿੱਥੇ ਮਰਜ਼ੀ ਕੇਸ ਕਰ ਲਓ ਜਿੱਥੇ ਮਰਜ਼ੀ ਚੱਲ ਲਓ ਜੋ ਕੁਛ ਮਰਜ਼ੀ ਕਰ ਲਓ ਕਹਿੰਦਾ ਮੈਂ ਕੋਈ ਪੈਸਾ ਨਹੀਂ ਦੇਣਾ ਆਪਾਂ ਐਂਬੈਸੀ ਗਏ ਉਹਨਾਂ ਨੇ ਵੀ ਨਹੀਂ ਸੁਣੀ ਸੋਨ ਆਫਿਸ ਗਏ ਇੱਥੇ ਉਹਨਾਂ ਨੇ ਵੀ ਨਹੀਂ ਸੁਣੀ ਠੀਕ ਹੈ ਹੁਣ ਇੱਥੇ ਫਸੇ ਹੋਏ ਅਸੀਂ ਰੋਟੀ ਖਾਣ ਨੂੰ ਪੈਸਾ ਨਹੀਂ ਹੈਗਾ 3 ਮਹੀਨੇ ਹੋ ਗਿਆ ਇੱਥੇ ਦੁਕਾਨ ਦੇ ਉੱਤੇ ਧਾਰ ਚੱਲਣ ਡਿਆ ਸਾਡਾ ਦੁਕਾਨਦਾਰ ਵੀ ਕਹਿੰਦਾ ਕਿ ਪੈਸੇ ਦਿਓ ਫਿਰ ਮਿਲਣਾ ਖਾਣ ਪੀਣ ਨੂੰ ਸੌਦਾ ਨਹੀਂ ਤਾਂ ਸੌਦਾ ਨਹੀਂ ਮਿਲਣਾ ਅਸੀਂ ਤਾਂ ਬਹੁਤ ਤੰਗ ਹਾਂ ਕਿਰਪਾ ਕਰਕੇ ਸਾਡੀ ਨਾ ਇਹ ਸੁਣਵਾਈ ਕਰਵਾਓ ਕਿਤੇ ਵੀ ਕਿੱਦਾਂ ਵੀ ਕਰਕੇ ਨਾ ਸਾਨੂੰ ਇੱਥੋਂ ਕਢਵਾਓ ਸਾਨੂੰ ਇੰਡੀਆ ਬੁਲਵਾਓ ਕੁਛ ਵੀ ਕਰੋ ਇਹ ਕਹਿੰਦੇ ਕਿ ਸਾਡਾ 1.25 ਲੱਖ ਰੁਪਇਆ ਘੱਟੋ ਘੱਟ ਇੱਥੇ ਫਸਿਆ ਹੋਇਆ 1 ਰੁਪਈਆ ਨਹੀਂ ਦੇਣਾ ਕਹਿੰਦੇ ਕੁਛ ਵੀ ਕਰ ਲਓ ਤੁਹਾਡੀ ਮਿਹਰਬਾਨੀ ਜੀ ਮੈਂ ਰਮੇਸ਼ ਕੁਮਾਰ ਬਟਾਲੇ ਤੋਂ ਪਿੰਡ ਸਾਗਰਪੁਰਾ ਜ਼ਿਲ੍ਹਾ ਗੁਰਦਾਸਪੁਰ ਤੋਂ ਬੋਲ ਰਿਹਾ ਜੀ ਇੱਥੇ ਮੈਂ ਕੁਵੈਤ ਵਿੱਚ ਫਸਿਆ ਹੋਇਆ ਹਾਂ ਮਤਲਬ ਕਿ ਠੇਕੇਦਾਰ ਏਜੰਟ ਹੈ ਜੋ ਕਸ਼ਮੀਰੀ ਹੈ ਅਤੇ 7 ਮਹੀਨੇ ਹੋ ਗਏ ਸਾਨੂੰ ਇੱਥੇ ਆਏ ਨੂੰ ਸਾਨੂੰ ਕੋਈ ਖਰਚਾ ਨਹੀਂ ਕੋਈ ਤਨਖਾਹ ਨਹੀਂ ਅਸੀਂ ਖਰਚੇ ਦਿੰਦੇ ਪਰੇਸ਼ਾਨ ਬੈਠੇ ਹਾਂ ਬੰਦੇ ਆ ਬੰਦੇ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਅਸੀਂ ਯਾਨੀ ਕਿ 5 ਬੰਦੇ ਇੱਥੇ ਰਹਿ ਗਏ ਹਾਂ ਅਸੀਂ ਖਰਚੇ ਦਿੰਦੇ ਤੰਗ ਹਾਂ ਨਾ ਕੋਈ ਸਾਨੂੰ ਕੋਈ ਖਰਚਾ ਦੇ ਰਿਹਾ ਨਾ ਕੋਈ ਪੈਸਾ ਦੇ ਰਿਹਾ ਅਤੇ ਅਸੀਂ ਬਹੁਤ ਪਰੇਸ਼ਾਨ ਹਾਂ ਸਾਡੀ ਵੀਡੀਓ ਜਿਹੜੀ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਕੇ ਭਗਵੰਤ ਮਾਨ ਤੱਕ ਪਹੁੰਚਾਈ ਜਾਵੇ ਇਹ ਰਿਕੁਐਸਟ ਹੈ ਸਾਡੀ ਹੈਲੋ ਸਰ ਮੈਂ ਕਪੂਰਥਲਾ ਜ਼ਿਲ੍ਹਾ ਵਾ ਮੇਰਾ ਪਿੰਡ ਮੇਰਾ ਨਾਮ ਬਲਜੀਤ ਸਿੰਘ ਸਾਨਾ ਬਲਦੇਵ ਸਿੰਘ ਮੇਰਾ ਜ਼ਿਲ੍ਹਾ ਕਪੂਰਥਲਾ ਅਤੇ ਪਿੰਡ ਮੇਰਾ ਨੂਰ ਪਜੇਟਾ ਵਾ ਅਸੀਂ ਇੱਥੇ ਆਏ ਸਾਨੂੰ 7 ਮਹੀਨੇ ਹੋ ਗਏ ਆਇਆਂ ਨੂੰ ਸਾਡੇ ਕੋਲ 4 ਮਹੀਨੇ ਕੰਮ ਸਾਨੂੰ ਦਿੱਤਾ ਉਸ ਤੋਂ ਬਾਅਦ ਸਾਨੂੰ ਕੰਮ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਸਾਨੂੰ ਇੱਥੇ ਨਾ ਕੋਈ ਖਰਚਾ ਦੇ ਰਿਹਾ 3 ਮਹੀਨੇ ਵਿਹਲੇ ਬੈਠੇ ਨਾ ਕੋਈ ਪੈਸਾ ਦੇ ਰਿਹਾ ਵਾ ਅਤੇ ਸਾਡੇ ਕੋਲ ਇੱਥੇ ਰੋਟੀ ਖਾਣ ਨੂੰ ਪੈਸਾ ਹੈ ਨਹੀਂ ਗਾ ਨਾ ਸਾਨੂੰ ਇੰਡੀਆ ਭੇਜਦਾ ਵਾ ਅਸੀਂ 1-2 ਅਫਸਰ ਗਏ ਇੰਡੀਅਨ ਐਮਬੈਸੀ ਗਏ ਹਾਂ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਲੋਕਾਂ ਦੇ ਵਾਸਤੇ ਆ ਅਤੇ ਮੁਸਲਮਾਨ ਲੋਕ ਆ ਕਿਸੇ ਦੀ ਸੁਣਵਾਈ ਨਹੀਂ ਇਹਨਾਂ ਦੀ ਯਾਦੀ ਆ ਸਾਨੂੰ ਇੱਥੇ ਕਿਸੇ ਨੇ ਪੁੱਛਿਆ ਜਾਂ ਤੁਸੀਂ ਜੋ ਕਰਨਾ ਕਰ ਲਓ ਨਾ ਸਾਨੂੰ ਇੰਡੀਆ ਭੇਜਦਾ ਵਾ ਸਾਡਾ ਹਜੇ ਤੱਕ ਵੀਜ਼ਾ ਨਹੀਂ ਲਵਾਇਆ ਇਹਨੇ ਸਾਨੂੰ 7 ਮਹੀਨੇ ਹੋ ਗਏ ਇੰਡੀਆ ਤੋਂ ਆਇਆ ਨੂੰ 8 ਮਹੀਨੇ ਸਾਨੂੰ ਸ਼ੁਰੂ ਹੋ ਗਿਆ ਵਾ ਅਸੀਂ 18 ਅਕਤੂਬਰ ਦੇ ਇੱਥੇ ਕੁਵੈਤ ਵਿੱਚ ਆਏ ਹੋਏ ਹਾਂ ਇਹਨੇ ਸਾਡੇ 240 ਦੇ ਨਾਲ ਸਾਡੇ ਕੱਟ ਲਏ ਇੱਥੇ ਆਏ ਨੇ ਉਸ ਤੋਂ ਬਾਅਦ ਸਾਨੂੰ ਕੋਈ ਇਹਨੇ ਪੈਸਾ ਨਹੀਂ ਦਿੱਤਾ ਇਸ ਕਰਕੇ ਅਸੀਂ ਚਾਹੁੰਦੇ ਸਾਨੂੰ ਇੰਡੀਆ ਆਇਆ ਸਾਨੂੰ ਇੰਡੀਆ ਬੁਲਾਇਆ ਜਾਵੇ ਇੰਡੀਆ ਵੀ ਕਿਤੇ 1-2 ਮਹੀਨੇ ਲੱਗ ਸਕਦੇ ਹਜੇ ਉਹ ਭੇਜਦੇ ਨੂੰ ਅਤੇ ਅਸੀਂ ਇੱਥੇ ਬਹੁਤ ਮੁਸੀਬਤ ਵਿੱਚ ਫਸੇ ਹੋਏ ਹਾਂ ਓਕੇ ਸਰ ਧੰਨਵਾਦ ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਆ ਪਿੰਡ ਫਰੀਦਪੁਰ ਆ ਜੀ ਜ਼ਿਲ੍ਹਾ ਜਲੰਧਰ ਆ ਮੇਰਾ ਅਤੇ ਮੈਨੂੰ ਵੀ ਆਏ ਨੂੰ 7 ਮਹੀਨੇ ਹੋ ਗਏ ਆ ਅਤੇ ਸਾਡਾ ਨਾ ਵੀਜ਼ਾ ਵੀ ਨਹੀਂ ਲੱਗਾ ਹਜੇ ਤਾਈਂ ਹਾਂਜੀ